ਮੇਰੇ ਉਦੋਂ ਭਗਵੀ ਭਗਵੰਦਾ ਸੀ ਅਤੇ ਮੈਨੂੰ ਉਹਨਾਂ ਦੇ ਬਚਨ ਯਾਦ ਨੇ ਬਾਬਾ ਜੀ ਦੇ, ਬਾਬਾ ਜਨਾਸ਼ ਉਹਨਾਂ ਦੇ। ਅਤੇ ਜਦੋਂ ਤੋਰ ਦੇ ਜਥੇ ਟੱਕਾਂ ਦੇ ਹੁਣ ਮੋਰਚਾ ਜਿਹੜਾ ਫਤਿਹ ਹੋ ਜਾਣਾ, ਹੁਣ ਜਿਹੜੇ ਭਗਵੇਂ ਕੱਪੜੇ ਵਾਲੇ ਜਾਂ ਭਗਵੇਂ ਪੱਗ ਵਾਲੇ ਸਾਧੂ ਵੀ ਜਥੇ ਲੈ ਕੇ ਜਾਣ ਲੱਗ ਗਿਆ। ਇਹ ਬਚਨ ਮੈਨੂੰ ਉਹਨਾਂ ਦਾ ਨਹੀਂ ਭੁੱਲਦਾ ਹੈਗਾ। ਬਾਬਾ ਜੀ ਕਹਿੰਦੇ ਮੈਂ ਫੈਕਟਰੀ ਦਾ ਲਾਈਆ ਜ਼ਰੂਰ ਬੰਬਾਂ, ਪਰ ਜਿਹੜੀ ਸਰਕਾਰ ਕਹਿੰਦੀ ਆ ਉਹ ਬੰਬ ਨਹੀਂ ਮੈਂ ਬਣਾਉਂਦਾ, ਨਾ ਉਹ ਫੈਕਟਰੀ ਲਾਈਆ। ਉਹ ਲਾਲਾ ਲਾਲੂ ਆਖਣ ਲੱਗੇ ਮੈਂ ਫੈਕਟਰੀ ਆਪ ਨਾਲ ਸਾਹਮਣੇ ਦੇਖਾ ਜਿੰਨੇ ਬੈਠੇ। ਇਹ ਜਿਨ੍ਹਾਂ ਨੇ ਹੁਣ ਮੇਰਾ ਲੈਕਚਰ ਸੁਣ ਲੈਣਾ ਇਹ ਸਾਰੇ ਬੰਬ ਨੇ, ਇਹ ਫੈਕਟਰੀ ਕਹਿੰਦੇ ਮਿਲ ਜਜ਼ਬੇ ਦੀ ਕੋਈ ਕਮੀ ਨਹੀਂ ਹੋਈ। ਜੇ ਵੀ ਜਜ਼ਬਾ ਕੌਮ ਦੇ ਵਿੱਚ ਉਵੇਂ ਆ, ਜੇ ਘਾਟ ਹੈ ਤਾਂ ਸਾਡੇ ਲੀਡਰਾਂ ਦੀ ਘਾਟ ਹੈ, ਕਮਜ਼ੋਰੀ ਆ ਸਾਡੇ ਲੀਡਰਾਂ ਦੀ ਘਾਟ ਕਮਜ਼ੋਰੀ ਆ। ਤੁਸੀਂ ਪਹਿਲਾਂ ਤੁਸੀਂ ਐਜ ਏ ਸੰਤ ਸਮਾਜ ਉਹਨੂੰ ਸਰਬੱਤ ਖਾਲਸਾ ਮੰਨਦੇ ਆ ਜਾਂ ਜੋ ਧਰਮ ਲਈ ਨਾਲ ਖੜਦੇ ਆ ਉਹ ਸ਼ਾਮਿਲ ਹੋਣ? ਉਹ ਤਾਂ ਕੋਈ ਸ਼ਾਮਿਲ ਹੋਇਆ ਹੀ ਹੈ, ਅਸੀਂ ਜਦੋਂ ਸਾਰੇ ਵਿੱਚ ਸ਼ਾਮਿਲ ਹੋਏ ਹੀ ਨਹੀਂ ਅਤੇ ਅਸੀਂ ਉਹਨੂੰ ਸਰਬੱਤ ਖਾਲਸਾ ਕਿਵੇਂ ਕਹਿ ਸਕਦੇ ਹਾਂ? ਇਹ ਤਾਂ ਘੱਟ ਸੀ, ਅਸੀਂ ਇਹੀ ਕਹਿ ਸਕਦੇ ਹਾਂ ਵੀ ਹੋਈ ਨਹੀਂ। ਆਪਸ ਵਿੱਚ ਫਟ ਗਏ, ਤਿੰਨ ਜਥੇਦਾਰ ਸੀ, ਤਿੰਨਾਂ ਦੀ ਆਪਸ ਵਿੱਚ ਮਤਭੇਦ ਹੋ ਗਏ ਅਤੇ ਹੁਣ ਉਹਨਾਂ ਦਾ ਮੋਰਚਾ ਲਾਇਆ, ਹੁਣ ਕਾਮਯਾਬ ਜਾ।